ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ ਤੇ ਇਹ ਨਵੀਂ ਜਾਣਕਾਰੀ ਹੈਗੀ ਹੈ ਅਪਕਮਿੰਗ ਪੰਜਾਬੀ ਫਿਲਮ ਦੀ ਅਨਾਉਂਸਮੈਂਟ ਨੂੰ ਲੈ ਕੇ ਰੀਸੈਂਟਲੀ ਇੱਕ ਨਵੀਂ ਪੰਜਾਬੀ ਫਿਲਮ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਇਸ ਫਿਲਮ ਦੀ ਅਨਾਉਂਸਮੈਂਟ ਤੋਂ ਬਾਅਦ ਫੈਨਸ ਬੇहद ਖੁਸ਼ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਦਿਲਜੀਤ ਦੋਸਾਂਝ ਤੇ ਜਗਦੀਪ ਸਿੱਧੂ ਰਲ ਕੇ ਇੱਕ ਪ੍ਰੋਜੈਕਟ ਤੇ ਕੰਮ ਕਰਨ ਵਾਲੇ ਨੇ ਜਿੱਥੇ ਦਿਲਜੀਤ ਦੋਸਾਂਝ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਤੇ ਉੱਥੇ ਹੀ ਇਸ ਫਿਲਮ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਨੇ ਨਾਲ ਹੀ ਇਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਜਿਵੇਂ ਗੱਲ ਕਰ ਰਹੀ ਹਾਂ ਅਪਕਮਿੰਗ ਪੰਜਾਬੀ ਫਿਲਮ ਜ਼ੋਰਾ ਮਲਕੀ ਦੀ ਜ਼ੋਰਾ ਮਲਕੀ ਪੰਜਾਬੀ ਫਿਲਮ ਸਾਲ 2024 ਦੇ ਵਿੱਚ 28 ਜੂਨ ਨੂੰ ਰਿਲੀਜ਼ ਹੋਵੇਗੀ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਵੀ ਮੇਕਰਸ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਜਿੱਥੇ ਦਿਲਜੀਤ ਦੋਸਾਂਝ ਨੇ ਇਸ ਪੋਸਟਰ ਨੂੰ ਸ਼ੇਅਰ ਕੀਤਾ ਉੱਥੇ ਹੀ ਜਗਦੀਪ ਸਿੱਧੂ ਨੇ ਵੀ ਫਿਲਮ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕਰਦੇ ਫੈਨਸ ਦੇ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਨੇ ਇਹ ਪੋਸਟਰ ਬੇहद ਅਟਰੈਕਟਿਵ ਲੱਗ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਵਾਈਟ ਹਿਲਸ ਸਟੂਡੀਓ ਅਤੇ ਸਟੋਰੀ ਟਾਈਮਸ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੇ ਗਏ ਇਸ ਪੋਸਟਰ ਦੇ ਵਿੱਚ ਪੰਜਾਬ ਦਾ ਬੇहद ਖੂਬਸੂਰਤ ਨਜ਼ਾਰਾ ਨਜ਼ਰ ਆ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇੱਕ ਬੇहद ਹੀ ਖੂਬਸੂਰਤ ਕਪਲ ਹੈ ਟਾਈਟਲ ਤੋਂ ਤੇ ਪਿਕਚਰ ਤੋਂ ਇੱਕ ਗੱਲ ਸਾਫ਼ ਹੈ ਕਿ ਇੱਕ ਅਲੱਗ ਲੈਵਲ ਦੀ ਲਵ ਸਟੋਰੀ ਅਸੀਂ ਸਾਰੇ ਇਸ ਫਿਲਮ ਦੇ ਵਿੱਚ ਦੇਖਾਂਗੇ ਜਗਦੀਪ ਸਿੱਧੂ ਹਮੇਸ਼ਾ ਹੀ ਸ਼ਾਰਟ ਟਾਈਟਲ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਨੇ ਤੇ ਇੱਕ ਵਾਰ ਫੇਰ ਤੋਂ ਜਗਦੀਪ ਸਿੱਧੂ ਹੁਣ ਪਿਆਰ ਦੀ ਅਲੱਗ ਡੈਫੀਨੇਸ਼ਨ ਲਿਖਣ ਵਾਲੇ ਨੇ ਜਗਦੀਪ ਸਿੱਧੂ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਦਿਲ ਦੇ ਇਮੋਸ਼ਨਸ ਵੀ ਫੈਨਸ ਦੇ ਨਾਲ ਸ਼ੇਅਰ ਕੀਤੇ ਨੇ ਉਹਨਾਂ ਨੇ ਲਿਖਿਆ ਹੈ ਮੋਹ ਤੋਂ ਬਾਅਦ ਡਿਸਾਈਡ ਨਹੀਂ ਕਰ ਪਾ ਰਿਹਾ ਸੀ ਕਿ ਹੁਣ ਨੈਕਸਟ ਕੀ ਡਾਇਰੈਕਟ ਕਰਨਾ ਆ ਮੋਹ ਮੇਰੇ ਦਿਲ ਦੇ ਬਹੁਤ ਨੇੜੇ ਸੀ ਤੇ ਹਮੇਸ਼ਾ ਰਹੂਗੀ ਬੈਸਟ ਆਫ ਦਾ ਬੈਸਟ ਰਿਵਿਊਜ਼ ਆਏ ਤਾਰੀਫ ਬਹੁਤ ਸੀ ਪਰ ਸੇਮ ਟਾਈਮ ਬਾਕਸ ਆਫਿਸ ਕਰਕੇ ਮੈਂ ਕੁਛ ਨਜ਼ਾਰਾ ਨੂੰ ਹੱਸ ਕੇ ਦੇਖਿਆ ਪਰਸਨਲ ਲੈਵਲ ਤੇ ਚਾਬੀ ਵਾਲਾ ਬੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਲੋਕਾਂ ਨੂੰ ਪਿੱਛੇ ਹੁੰਦੇ ਤੇ ਉਹਨਾਂ ਦਾ ਬਿਹੇਵੀਅਰ ਬਦਲਦੇ ਦੇਖਿਆ ਹੋਰ ਕੋਈ ਕਹਾਣੀ ਦਿਲ ਨੂੰ ਵੱਜ ਨਹੀਂ ਰਹੀ ਸੀ ਸੋ ਐਜ਼ ਅ ਰਾਈਟਰ ਕੰਮ ਕਰਨਾ ਜ਼ਿਆਦਾ ਠੀਕ ਲੱਗਿਆ ਪਰ ਇਹਨੂੰ ਬੈਕ ਸਟੈਪ ਸਮਝ ਕੇ ਬਹੁਤ ਕੁਛ ਸੁਣਨ ਨੂੰ ਮਿਲਿਆ ਕਰੀਅਰ ਦੇ ਇਹੋ ਜਿਹੇ ਮੋੜ ਤੇ ਜਦੋਂ ਆਪਣੇ ਆਪ ਲਈ ਡਿਸਾਈਡ ਨਹੀਂ ਕਰ ਪਾ ਰਿਹਾ ਸੀ ਦਿਲਜੀਤ ਬਾਈ ਨੇ ਪਤਾ ਹੀ ਨਹੀਂ ਲੱਗਿਆ ਕਦੋਂ ਆ ਕੇ ਹੱਥ ਫੜ ਲਿਆ ਸਭ ਕੁਝ ਇੱਕ ਮਿਰਕਲ ਵਾਂਗੂ ਲੱਗਿਆ ਸੀ ਥੈਂਕ ਯੂ ਦਿਲਜੀਤ ਬਾਈ ਥੈਂਕ ਯੂ ਪ੍ਰੋਡਿਊਸਰਸ ਹੈਪੀ ਬਰਥਡੇ ਜ਼ੋਰਾ @ ਦਿਲਜੀਤ ਦੋਸਾਂਝ ਬਾਬਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਇਹ ਫਿਲਮ ਜਿਸ ਟਾਈਮ ਤੇ ਆਈ ਉਹ ਮੈਨੂੰ ਹਮੇਸ਼ਾ ਯਾਦ ਰਹੂਗੀ ਬਾਬਾ ਸਭ ਦੇ ਸੁਪਨੇ ਪੂਰੇ ਕਰੇ ਥੈਂਕ ਯੂ ਬਾਈ ਫੋਰ ਦਾ ਪੋਸਟਰ ਰਿਲੀਜ਼ਿੰਗ ਵਰਲਡ ਵਾਈਡ ਔਨ 28 June 2024 ਗਾਇਸ ਇੱਕ ਗੱਲ ਤਾਂ ਸਾਫ਼ ਹੈ ਕਿ ਫਿਲਮ ਦੇ ਵਿੱਚ ਜ਼ੋਰਾ ਦਾ ਕਿਰਦਾਰ ਦਿਲਜੀਤ ਦੋਸਾਂਝ ਨਿਭਾਉਣ ਵਾਲੇ ਨੇ ਤੇ ਉਹਨਾਂ ਦੇ ਆਪੋਜ਼ਿਟ ਕਿਹੜੇ ਐਕਟਰੈਸ ਲੀਡ ਰੋਲ 'ਚ ਨਜ਼ਰ ਆਉਣਗੇ ਇਹ ਵੀ ਇੱਕ ਬਹੁਤ ਵੱਡਾ ਸਸਪੈਂਸ ਹੈ ਸੋ ਗਾਇਸ ਫਿਲਮ ਦੇ ਨਾਲ ਜੁੜੀ ਹੋਰ ਵੀ ਤਮਾਮ ਜਾਣਕਾਰੀ ਲਈ ਤੁਸੀਂ ਇਸੇ ਤਰ੍ਹਾਂ ਦੇਸੀ ਚੈਨਲ ਦੇ ਨਾਲ ਬਣੇ ਰਹੋ ਤੇ ਤੁਸੀਂ ਆਪਣੇ ਆਪਣੇ ਰਿਵਿਊਜ਼ ਜ਼ਰੂਰ ਸ਼ੇਅਰ ਕਰਿਓ ਕਿ ਜਗਦੀਪ ਸਿੱਧੂ ਤੇ ਦਿਲਜੀਤ ਦੋਸਾਂਝ ਦੀ ਅਪਕਮਿੰਗ ਫਿਲਮ ਜ਼ੋਰਾ ਮਲਕੀ ਦੇ ਟਾਈਟਲ ਨੂੰ ਲੈ ਕੇ ਤੁਹਾਨੂੰ ਕੀ ਕੁਝ ਲੱਗ ਰਿਹਾ ਹੈ ਕਿਦਾਂ ਦੀ ਫਿਲਮ ਹੋਣ ਵਾਲੀ ਹੈ ਤੇ ਤੁਸੀਂ ਕਿੰਨੇ ਐਕਸਾਈਟਡ ਹੋ ਇਸ ਫਿਲਮ ਦੇ ਲਈ ਆਪਣੇ ਆਪਣੇ ਰਿਵਿਊਜ਼ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤੇ ਫਿਲਮ ਦੇ ਨਾਲ ਜੁੜੀ ਤਮਾਮ ਜਾਣਕਾਰੀ ਲਈ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸਤਿ ਸ਼੍ਰੀ ਅਕਾਲ